ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਪਤਾ ਕਿ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਮਾਨਸਾ ਦੀ ਅਗਵਾਈ ਵਿੱਚ ਲਗਾਤਾਰ ਪੰਜਾਬ ਨੂੰ ਖੇਡਾਂ 'ਚ ਅੱਗੇ ਲੈ ਕੇ ਆਉਣ ਲਈ, ਖੇਡ ਕਲਚਰ ਰਿਵਾਈਵ ਕਰਨ ਲਈ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ। ਪਿਛਲੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਵੀ ਜਿਹੜੀਆਂ ਨੇ ਕਰਵਾਈਆਂ ਗਈਆਂ, ਜਿਹਨਾਂ ਵਿੱਚ ਤਕਰੀਬਨ 3 ਲੱਖ ਜਿਹੜੇ ਬੱਚੇ ਕੀ ਵੱਡੇ ਕੀ ਜਿਹਨਾਂ ਨੇ ਪਾਰਟੀਸਪੇਟ ਕੀਤਾ। ਹੁਣ ਉਸੇ ਤੇ ਅੱਗੇ ਚੱਲਦੇ, ਕਿਉਂਕਿ ਸਾਡਾ ਜਿਹੜਾ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਹੈ ਜਿਹੜਾ ਬਹੁਤ ਅੱਛਾ ਕੰਮ ਕਰ ਰਿਹਾ, ਉਹਦੇ ਲਈ ਜਿਹੜੇ ਟਰਾਇਲ ਹੈ ਉਹ ਬੱਚਿਆਂ ਦੇ ਲਏ ਜਾ ਰਹੇ ਹੈ। ਇਹ ਪਹਿਲਾਂ ਟਰਾਇਲ ਇੱਕੋ ਜਗ੍ਹਾ ਤੇ ਹੁੰਦੇ ਸੀ ਤੇ 1-2 ਦਿਨ ਦੇ ਵਿੱਚ ਹੀ ਮੁਕੰਮਲ ਕਰ ਦਿੱਤੇ ਜਾਂਦੇ ਸੀ, ਪਰ ਇਸ ਵਾਰੀ ਕਿਉਂਕਿ ਅਸੀਂ ਚਾਹੁੰਦੇ ਹਾਂ, ਸਾਨੂੰ ਖੇਡਾਂ ਵਤਨ ਪੰਜਾਬ ਦੀਆਂ ਚੋਂ ਪਤਾ ਲੱਗਿਆ ਕਿ ਹਰ ਜ਼ਿਲ੍ਹੇ 'ਚ ਟੈਲੈਂਟ ਹੈ ਜਿਹੜਾ ਉਹ ਬਹੁਤ ਪਿਆ, ਕਿਸੇ ਜ਼ਿਲ੍ਹੇ 'ਚ ਕਿਸੇ ਗੇਮ ਦੀ ਕਹਿ ਲਓ ਵੀ ਉੱਥੋਂ ਜ਼ਿਆਦਾ ਪ੍ਰਤਿਭਾ ਨਿਕਲ ਕੇ ਆ ਰਹੀ ਹੈ, ਕਿਸੇ ਗੇਮ ਜ਼ਿਲ੍ਹੇ 'ਚ ਕਿਸੇ ਗੇਮ ਦਾ ਸਕੋਪ ਹੈ। ਉਵੇਂ ਐਤਕੀ ਅਸੀਂ ਮਤਲਬ ਕਿ ਤਕਰੀਬਨ 1 ਮਹੀਨਾ ਜਿਹੜੇ ਟਰਾਇਲ ਨੇ ਚੱਲਣੇ ਆ ਤੇ 11 ਸਥਾਨਾਂ ਤੇ ਜਿਹੜੇ ਟਰਾਇਲ ਨੇ ਜਿਹੜੇ ਇਹ ਲਏ ਜਾਣੇ ਆ, 3 ਅਪ੍ਰੈਲ ਤੋਂ ਜਿਹੜੇ ਇਹ ਸ਼ੁਰੂ ਹੋਣਗੇ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਜ਼ਿਲ੍ਹਿਆਂ ਤੋਂ ਸਿਲੈਕਟ ਹੋ ਕੇ ਆਉਣਗੇ ਉਹਨਾਂ ਦੇ 24-28 ਅਪ੍ਰੈਲ ਤੱਕ ਜਿਹੜੇ ਇਹ ਫਿਰ PIS ਦੇ ਸੈਂਟਰਾਂ 'ਚ ਭਰਤੀ ਕਰਨ ਦੇ ਜਿਹੜੇ ਟਰਾਇਲ ਨੇ ਉਹ ਲਏ ਜਾਣਗੇ। ਸੋ ਮੈਂ ਪੰਜਾਬ ਦੇ ਜਿੰਨੇ ਵੀ ਬੱਚੇ ਸਪੋਰਟਸ ਦੇ ਵਿੱਚ ਨੇ ਤੇ ਸਪੋਰਟਸ 'ਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਆ, ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ 18 ਖੇਡਾਂ ਦੇ ਟਰਾਇਲ ਹੋ ਰਹੇ ਆ ਇਹ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ। ਸੋ ਤੁਸੀਂ ਆ ਕੇ ਸਾਰੇ ਟਰਾਇਲ ਦਿਓ ਤੇ ਜਦੋਂ ਤੁਸੀਂ ਭਰਤੀ ਹੋ ਕੇ ਸਿਲੈਕਟ ਹੋ ਕੇ PIS ਦੇ ਸੈਂਟਰਾਂ ਵਿੱਚ ਆਉਂਗੇ ਤਾਂ ਤੁਹਾਨੂੰ ਉੱਥੇ ਵਰਲਡ ਕਲਾਸ ਜਿਹੜੀ ਕੋਚਿੰਗ ਹੈ ਉਹ ਵੀ ਮੁਫ਼ਤ ਮਿਲੂਗੀ, ਤੁਹਾਨੂੰ ਡਾਇਟ ਵੀ ਮੁਫ਼ਤ ਮਿਲੂਗੀ, ਤੁਹਾਨੂੰ ਰਹਿਣ ਨੂੰ ਵੀ ਮੁਫ਼ਤ ਮਿਲੂਗਾ ਤੇ ਤੁਹਾਨੂੰ ਇਕਵਿਪਮੈਂਟ ਹੈ ਉਹ ਵੀ ਜਿਹੜੇ ਹੈ ਮੁਫ਼ਤ ਮਿਲਣਗੇ ਤੇ ਤੁਸੀਂ ਆਪਣਾ ਭਵਿੱਖ ਖੇਡਾਂ ਦੇ ਵਿੱਚ ਜਿਹੜਾ ਉਹ ਬਣਾ ਸਕਦੇ ਹੋ। ਸੋ ਮੈਂ ਉਮੀਦ ਕਰਦਾ ਕਿ ਸਾਰੇ ਜਿਹੜੇ ਬੱਚੇ ਆ, ਸਾਰੇ ਉਹਨਾਂ ਜਿਹੜੇ ਪੇਰੈਂਟਸ ਹੈ, ਆਪਣੇ ਬੱਚਿਆਂ ਨੂੰ ਲੈ ਕੇ ਤੁਸੀਂ ਜਿਹੜੇ ਟਰਾਇਲ ਹੈ ਉਹ ਜ਼ਰੂਰ ਦਵਾਓਗੇ ਤਾਂ ਕਿ ਤੁਹਾਡੇ ਬੱਚੇ ਸਾਡੇ PIS ਜਿਹੜੇ ਇੰਸਟੀਟਿਊਟ ਆ ਉਹਦੇ ਵਿੱਚ ਆ ਕੇ ਖੇਡ ਸਕਣ, ਪ੍ਰੈਕਟਿਸ ਕਰ ਸਕਣ ਤੇ ਅਸੀਂ ਉਹਨਾਂ ਜਿਹੜਾ ਭਵਿੱਖ ਹੈ ਉਹ ਬਣਾ ਸਕੀਏ। ਧੰਨਵਾਦ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇ।